ਸੰਗਰੂਰ ਦੇ ਵਿੱਚ ਚੋਣ ਅਖਾੜਾ ਭਖਿਆ ਹੋਇਆ ਹੈ ਤੇ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਲਈ ਪ੍ਰਚਾਰ ਕਰ ਰਹੀਆਂ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਵਿਧਾਇਕ ਤੇ ਹੁਣ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਜੀ ਸਾਡੇ ਨਾਲ ਮੌਜੂਦ ਨੇ ਗੁਰਮੀਲ ਸਿੰਘ ਦੇ ਲਈ ਉਹ ਪ੍ਰਚਾਰ ਕਰ ਰਹੇ ਨੇ ਭੁੱਲਰ ਜੀ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਬਹੁਤ ਵਧੀਆ ਚੋਣ ਪ੍ਰਚਾਰ ਚੱਲ ਰਿਹਾ ਅੱਜ ਲਗਭਗ 5 ਤੋਂ 6 ਦਿਨ ਹੋ ਗਏ ਮੈਂ ਇੱਥੇ ਲਹਿਰੇਗਾਗੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਸਰਦਾਰ ਗੁਰਮੀਲ ਸਿੰਘ ਲਈ ਤੇ ਲੋਕਾਂ ਦੇ ਵਿੱਚ ਇੰਨਾ ਕਿ ਇਤਸ਼ਾ ਜੋਸ਼ ਆ ਲੋਕ ਇੱਥੋਂ ਤੱਕ ਕਹਿ ਦਿੰਦੇ ਆ ਕਿ ਅੱਜ VOTING ਹੋ ਜੇ ਤੇ ਅਸੀਂ ਅੱਜ ਹੀ ਆਮ ਆਦਮੀ ਪਾਰਟੀ ਦੇ ਹੱਕ ਚ ਵੋਟਾਂ ਪਾਉਣ ਨੂੰ ਕਾਲੇ ਆ ਸਾਡੇ ਕੋ ਬੇਸਬਰੀ ਨਾਲ ਦੇਲ ਸਾਡੇ ਜਿਹੜੇ ਆ ਉਤਾਵਲੇ ਹੋਏ ਪਏ ਵੀ ਅਸੀਂ ਅੱਜ ਹੀ ਵੋਟ ਕਰੀਏ ਤੇ ਅੱਜ ਹੀ ਆਪਣਾ MP ਚੁਣ ਲਈਏ ਇੰਨਾ ਜ਼ਿਆਦਾ ਪਿਆਰ ਦੇ ਰਿਆ ਲਹਿਰੇ ਕਾ ਅੱਗੇ ਹਲਕੇ ਦੇ ਸੰਗਰੂਰ ਲੋਕ ਸਭਾ ਦੇ ਲੋਕ ਅਸੀਂ ਵੀ ਦੇਖ ਰਹੇ ਹਾਂ ਕਿ ਸਾਰੇ ਦਾ ਸਾਰਾ ਜਿਹੜਾ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਚਾਹੇ ਉਹ ਵਿਧਾਇਕ ਨੇ ਚਾਹੇ ਉਹ ਕੈਬਨਿਟ ਮੰਤਰੀ ਨੇ ਉਹ ਸਾਰੇ ਦੇ ਸਾਰੇ ਇੱਥੇ ਪਹੁੰਚੇ ਹੋਏ ਆ ਕਿ ਤੁਹਾਨੂੰ ਲੱਗ ਰਿਹਾ ਮੁਕਾਬਲਾ ਖੜਾ ਵੇਖੋ ਜਿਮਨੀ ਚੋਂ ਆ ਤੇ ਲੋਕਾਂ ਚ ਉਤਸ਼ਾਹ ਤੇ ਜੋਸ਼ ਇੰਨਾ ਕਿ ਸਾਡਾ ਵੀ ਫਰਜ਼ ਆ ਕਿ ਸਾਡੀ ਆਮ ਆਦਮੀ ਪਾਰਟੀ ਦਾ ਗਰਮੇਲ ਸਿੰਘ ਇੱਕ ਆਮ ਘਰ ਦੇ ਵਿੱਚੋਂ ਨੌਜਵਾਨ ਉੱਠ ਕੇ ਜਿਹਨੂੰ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਮੌਕਾ ਦਿੱਤਾ ਆਮ ਆਦਮੀ ਪਾਰਟੀ ਦੀ ਟਿਕਟ ਦਿੱਤੀ ਆ ਉਮੀਦਵਾਰ ਬਣਾਇਆ ਐਮਪੀ ਦਾ ਬੜੀ ਵੱਡੀ ਗੱਲ ਆ ਤੇ ਸਾਡਾ ਫਰਜ਼ ਬਣਦਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਚੋਣ ਕੰਪੇਨ ਇੱਥੇ ਆ ਕੇ ਸੰਭਾਲੀਏ ਉਹਦੇ ਲਈ ਵਰਕ ਕਰੀਏ ਲੋਕਾਂ ਨੂੰ ਜਿਹੜੀਆਂ ਅਸੀਂ 3 ਮਹੀਨੇ ਚ ਕੰਮ ਕੀਤੇ ਉਹਦੀਆਂ ਪ੍ਰਾਪਰਤੀਆਂ ਦੱਸੀਏ ਘਰ ਘਰ ਜਾਵਾਂਗੇ ਲੋਕਾਂ ਦੇ ਕੋਲ ਤੇ ਫੇਰ ਹੀ ਅਸੀਂ ਆਪਣੇ ਕੀਤੇ ਕੰਮ ਲੋਕਾਂ ਨੂੰ ਦੱਸਾਂਗੇ ਤੇ ਜਦੋਂ ਅਸੀਂ ਲੋਕਾਂ ਦੇ ਕੋਲ ਜਾਂਦੇ ਆ ਸਾਡੇ ਕੰਮ ਦੱਸਣ ਤੋਂ ਪਹਿਲਾਂ ਹੀ ਜਿਹੜੀ ਸੰਗਤ ਆ ਲਹਿਰੇਗਾਗੇ ਹਲਕੇ ਦੀ ਜਾਂ ਸੰਗਰੂਰ ਜਿਹੜੀ ਲੋਕ ਸਭਾ ਉੱਥੋਂ ਦੀ ਲੋਕ ਆਪ ਕਹਿ ਦਿੰਦੇ ਆ ਕਿ ਅਸੀਂ 3 ਮਹੀਨਿਆਂ ਦੇ ਮਾਨ ਸਰਕਾਰ ਦੇ ਕੀਤੇ ਕੰਮਾਂ ਤੋਂ ਸੰਤੁਸ਼ਟ ਹਾਂ ਖੁਸ਼ ਹਾਂ ਜੋ ਕੰਮ ਇਹਨਾਂ ਨੇ ਕੀਤੇ ਆ ਉਹ ਪੂਰੇ 5 ਸਾਲਾਂ ਚ ਨਹੀਂ ਸੰਕਰਦੇ ਜੋ ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਕਰਤੇ ਆ ਬਿਲਕੁਲ ਭੁੱਲਰ ਸਾਹਿਬ ਅਸੀਂ ਵੀ ਰੋਡ ਸ਼ੋਅ ਆ ਜਿਹੜਾ ਅਟੈਂਡ ਕੀਤਾ ਸੀ ਦੇਖਿਆ ਸੱਚੀ ਦੇ ਵਿੱਚ ਲੋਕ ਬਹੁਤ ਭਰਮਾ ਹੁੰਗਾਰਾ ਦੇ ਰਹੇ ਆ ਪਰ ਸੰਗਰੂਰ ਦੇ ਵਿੱਚ ਨਾ ਚਾਰ ਜਗ੍ਹਾ ਤੇ ਧਰਨੇ ਵੀ ਲੱਗੇ ਹੋਏ ਨੇ ਉਸ ਨੂੰ ਕਿਸ ਤਰ੍ਹਾਂ ਜਸਟੀਫਾਈ ਕਰੋਗੇ ਵੇਖੋ ਜਿਹੜੇ ਧਰਨੇ ਲੱਗੇ ਆ ਪਹਿਲਾਂ ਤੇ ਮੈਂ ਉਹਨਾਂ ਆਪਣੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਕੰਮ ਕਰਨ ਦਾ ਕੋਈ ਸਮਾਂ ਦਿੱਤਾ ਜਾਵੇ ਕਿਉਂਕਿ ਵੇਖੋ ਸਰਕਾਰ ਬਦਲਦੇ ਐ ਸਾਰਾ ਕੁਝ ਚੇਂਜ ਨਹੀਂ ਹੋ ਜਾਣਾ ਕੋਈ ਵੀ ਕੰਮ ਕਰਨ ਤੇ ਸਮਾਂ ਲੱਗਦਾ ਜਿਵੇਂ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਹੀ ਗੱਲ ਕਰ ਲੀਨੇ ਆ ਆਪਾਂ ਕਣਕ ਦੀ ਫਸਲ ਹੀ ਬੀਜਦੇ ਆ ਇਹ ਨਹੀਂ ਹੁੰਦਾ ਕਿ ਕਣਕ ਦੀ ਫਸਲ ਬੀਜੀ ਤੇ ਇੱਕ ਦੋ ਮਹੀਨਿਆਂ ਚ ਆਪਾਂ ਆਸ ਕਰੀਏ ਕਿ ਸਾਨੂੰ ਹੁਣ ਆਟਾ ਤੇ ਉਹਦੀ ਰੋਟੀ ਪੱਕ ਕੇ ਅਸੀਂ ਰੋਟੀ ਖਾ ਲਈਏ ਕੋਈ 4-5 ਮਹੀਨੇ ਦਾ ਸਮਾਂ ਲੱਗਦਾ ਕਣਕ ਪੱਕਣ ਤੇ ਉਹ ਕਣਕ ਪੱਕੂਗੀ ਉਹਦੀ ਆਪਾਂ ਵਾਢੀ ਕਰਾਂਗੇ ਫਿਰ ਉਹਦੇ ਬਾਅਦ ਆਪਾਂ ਚੱਕੀ ਤੇ ਦਾਣੇ ਸੁੱਟ ਕੇ ਉਹ ਫਿਰ ਆਟਾ ਲੈ ਕੇ ਫਿਰ ਰੋਟੀ ਪਕਣੀ ਉਸੇ ਤਰ੍ਹਾਂ ਸਰਕਾਰ ਬਣੀ ਆ ਸਰਕਾਰ ਨੂੰ ਚੱਲਣ ਦਿਓ ਕੋਈ ਸਮਾਂ ਸਾਨੂੰ ਦਿਓ ਤੇ ਜਿਹੜੇ ਧਰਨੇ ਲੱਗੇ ਆ ਇਹ ਧਰਨੇ ਕਿਹਦੇ ਲਵਾਏ ਲੱਗੇ ਆ ਇਹ ਪ੍ਰਾਣੀਆਂ ਜਿਹੜੀਆਂ ਰਵੈਤੀ ਪਾਰਟੀਆਂ ਅਕਾਲੀ ਦਲ ਬੀਜੇਪੀ ਕਾਂਗਰਸ ਇਹਨਾਂ ਪਾਰਟੀਆਂ ਨੇ ਸਿਸਟਮ ਖਰਾਬ ਕੀਤਾ ਇਹ ਇਹਨਾਂ ਲੋਕਾਂ ਨੂੰ ਖਰਾਬ ਕੀਤਾ ਇਹਨਾਂ ਪਾਰਟੀਆਂ ਨੇ ਕਿਉਂਕਿ ਝੂਠੇ ਵਾਦੇ ਝੂਠੇ ਲਾਰੇ ਲਾਉਂਦੀਆਂ ਰਹੀਆਂ ਇਹ ਪਾਰਟੀਆਂ ਤੇ ਕੀਤਾ ਕੁਝ ਵੀ ਨਹੀਂ ਇਹ ਜਿਹੜੇ ਭੈਣ ਭਰਾ ਸਾਡੇ ਧਰਨਿਆਂ ਤੇ ਬੈਠੇ ਪ੍ਰਾਣੀਆਂ ਪਾਰਟੀਆਂ ਦੇ ਸਤਾਏ ਹੋਏ ਧਰਨਿਆਂ ਤੇ ਬੈਠੇ ਆ ਪੁਰਾਣੇ ਵਿਗੜੇ ਹੋਏ ਸਿਸਟਮ ਦੇ ਮਾਰੇ ਧਰਨਿਆਂ ਤੇ ਬੈਠੇ ਆ ਇਹਦੇ ਚ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ ਕੋਈ ਸਾਨੂੰ ਸਮਾਂ ਦੇਣ ਹੌਲੀ ਹੌਲੀ ਜਿਹਦਾ ਵੀ ਜੋ ਹੱਕ ਮੰਗਦਾ ਹੋਵੇਗਾ ਕਿਸੇ ਦਾ ਹੱਕ ਨਹੀਂ ਰਿਹਾ ਜਾਵੇਗਾ ਹਾਲੀ ਦੇ ਵਿੱਚ ਜਿਹੜੀਆਂ ਬੱਸਾਂ ਨੇ ਪੰਜਾਬ ਤੋਂ ਹੁਣ ਦਿੱਲੀ 에ਰਪੋਰਟ ਤੱਕ ਜਾਣਗੀਆਂ ਕਾਫੀ ਚਿਰ ਤੋਂ ਜਿਹੜੀ ਮੁਸ਼ਕਲ ਇਸ ਨੂੰ ਲੈ ਕੇ ਚੱਲ ਰਹੀ ਸੀ ਪਿਛਲੀ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਪਰ ਪੋਸੀਬਲ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋ ਪਾਇਆ ਕਿ ਔਕੜਾਂ ਸੀਗੀਆਂ ਜਿਹੜੀਆਂ ਲਾਲਜੀਤ ਭੁੱਲਰ ਨੇ ਆਉਂਦਿਆਂ ਹੀ ਖਤਮ ਕਰ ਦਿੱਤੀਆਂ ਵੇਖੋ ਜੋ ਵੀ ਔਕੜਾਂ ਸਨ ਉਹ ਸਾਰਿਆਂ ਜਦੋਂ ਦੀ ਸਾਡੀ ਸਰਕਾਰ ਬਣੀ ਕਿਉਂਕਿ ਅਸੀਂ ਵਾਅਦਾ ਕੀਤਾ ਸੀ ਸਾਡੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਅਦਾ ਕੀਤਾ ਸੀ ਅਸੀਂ ਖੁਦ ਸਾਰਿਆਂ ਜਿੰਨੇ ਐਮਐਲਏ ਦੇ ਉਮੀਦਵਾਰ ਆ ਸਾਰਿਆਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਐਨਆਰਆਈ ਭਰਾਵਾਂ ਦਾ ਜਿਹੜਾ ਵੱਡੀ ਮੰਗ ਆ ਵੱਡਾ ਸੁਪਨਾ ਆ ਕਿ ਜਿਹੜੀਆਂ ਵੋਲਵੋ ਬੱਸਾਂ ਸਰਕਾਰੀ ਬੱਸਾਂ ਦਿੱਲੀ 에ਰਪੋਰਟ ਨੂੰ ਚਲਾਈਆਂ ਜਾਣ ਤੇ ਜਿਸ ਦਿਨ ਦੀ ਸਰਕਾਰ ਬਣੀ ਉਸ ਦਿਨ ਦੀ ਮਿਹਨਤ ਕਰਕੇ ਸਾਡਾ ਟਰਾਂਸਪੋਰਟ ਵਿਭਾਗ ਪੰਜਾਬ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮੈਂ ਖੁਦ ਅਸੀਂ ਦਿੱਲੀ ਦੇ ਅਧਿਕਾਰੀਆਂ ਨਾਲ ਰਾਤੇ ਜਰੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਸਾਡੇ ਕਲਾਸ਼ ਗਹਿਲੋਤ ਜੀ ਉਹਨਾਂ ਨੇ ਵੀ ਵੱਡਾ ਸਾਥ ਦਿੱਤਾ ਤੇ ਇਥੋਂ ਪੰਜਾਬ ਦੇ ਵੀ ਸਾਡੇ ਜਿੰਨੇ ਅਧਿਕਾਰੀ ਸਾਰੇ ਉੱਥੇ ਜਾ ਕੇ ਜਿਹੜੇ ਵੀ ਕਾਗਜ਼ ਪੱਤਰ ਦੀ ਲੋੜ ਪੈਂਦੀ ਸੀ ਅਸੀਂ ਪੂਰੇ ਕਰਦੇ ਰਹੇ ਜਿਸ ਕਰਕੇ ਤਿੰਨ ਮਹੀਨਿਆਂ ਦੇ ਵਿੱਚ ਹੀ ਉਹ ਵੱਡੀ ਜੰਗ ਜਿਹੜੀ ਇਹਨਾਂ ਪਾਰਟੀਆਂ ਨੇ ਬੰਦ ਕੀਤੀ ਸੀ ਉਹ ਬੰਦ ਕਿਉਂ ਕੀਤੀ ਸੀ ਇੱਕ ਪ੍ਰਾਈਵੇਟ ਘਰਾਣੇ ਦੀਆਂ ਬੱਸਾਂ ਜਿਹੜੀਆਂ ਦਿੱਲੀ 에ਰਪੋਰਟ ਨੂੰ ਜਾਂਦੀਆਂ ਉਹਨਾਂ ਨੂੰ ਮੁਨਾਫਾ ਦਵਾਉਣ ਵਾਸਤੇ ਸਾਡੀਆਂ ਜਿਹੜੀਆਂ ਸਰਕਾਰੀ ਬੱਸਾਂ ਵੋਲਵੋ ਬੱਸਾਂ ਇਹਨਾਂ ਨੂੰ ਬੰਦ ਕੀਤਾ ਗਿਆ ਸੀ ਵੇਖੋ ਜਿਹੜੀ ਪਿਛਲੀ ਸਰਕਾਰ ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਟ੍ਰਾਂਸਪੋਰਟ ਮੰਤਰੀ ਸਾਬਕਾ ਟ੍ਰਾਂਸਪੋਰਟ ਮੰਤਰੀ ਕਾਂਗਰਸ ਪਾਰਟੀ ਦਾ ਜਿਹੜਾ ਸਿਰਫ ਇੱਕ ਝੂਠੇ ਡਰਾਮੇਬਾਜ਼ ਤੋਂ ਬਿਨਾ ਕੁਝ ਨਹੀਂ ਜੇ ਵੇਖੋ ਟੇਬਲ ਟਾਕ ਹੁੰਦੀ ਆ ਜਦੋਂ ਆਪਾਂ ਕੋਈ ਕੰਮ ਕਰਨਾ ਟੇਬਲ ਟਾਕ ਕਰਕੇ ਕੀਤਾ ਜਾਂਦਾ ਇਹ ਰਾਜਾ ਵੜਿੰਗ ਜੀ ਇਹਨਾਂ ਜਾਣਾ ਜੇ ਕੇਜਰੀਵਾਲ ਸਾਹਿਬ ਪੰਜਾਬ ਆਏ ਉੱਥੇ ਧਰਨਾ ਲਾ ਕੇ ਬਹਿ ਜਾਣਾ ਜੇ ਕੇਜਰੀਵਾਲ ਸਾਹਿਬ ਦਿੱਲੀ ਨੇ ਉੱਥੇ ਧਰਨਾ ਲਾ ਕੇ ਬਹਿ ਜਾਣਾ ਕੋਈ ਹੱਦ ਹੁੰਦੀ ਆ ਆਪਾਂ ਟਾਈਮ ਮੰਗਦੇ ਆ ਟੇਬਲ ਟਾਕ ਹੁੰਦੀ ਫੇਰ ਹੀ ਕੰਮ ਨਿਪਟਦਾ ਹੁਣ ਵੇਖੋ ਜਿਵੇਂ ਇਹਨਾਂ ਦੇ ਕਰਪਟ ਮੰਤਰੀ ਫੜਿਆ ਸਾਧੂ ਸਿੰਘ ਧਰਮਸੋਧ ਸੰਗਤ ਸਿੰਘ ਗਿਲਦੀਆ ਤੇ ਰਾਜਾ ਵੜਿੰਗ ਜੀ ਲੈ ਕੇ ਆਪਦੇ ਜਿਹੜੇ ਹਾਰੇ ਹੋਏ ਐਮਐਲਏ ਨਕਾਰੇ ਹੋਏ ਉਹਨਾਂ ਨੂੰ ਲੈ ਕੇ ਤੇ ਧਰਨੇ ਤੇ ਬਹਿ ਕੇ ਸੀਐਮ ਉਸ ਦੇ ਸਾਹਮਣੇ ਇਹ ਨਾਲ ਇਹਨਾਂ ਦੇ ਨਾਰੇ ਵੀ ਸੁਣੇ ਗਏ ਵੀ ਸਾਡਾ ਆਕੇ ਇੱਥੇ ਰੱਖ ਇਹਨਾਂ ਦਾ ਕੰਮ ਹੈ ਧਰਨੇ ਲਾਉਣੇ ਤੇ ਪਬਲਿਸਿਟੀ ਲੈਣੀ ਹੋਰ ਇਹਦੇ ਤੋਂ ਬਿਨਾ ਇਹਨਾਂ ਕੋਈ ਕੁਝ ਨਹੀਂ ਕੰਮ ਕਰਨ ਤੇ ਵਿਸ਼ਵਾਸ ਰੱਖਦੀ ਆ ਆਮ ਆਦਮੀ ਪਾਰਟੀ ਸਾਡੇ ਮਹਬੂਬ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਇਹਨਾਂ ਤੇ ਨਾਂਮੀ ਨਾਜ ਕੰਮ ਕੀਤਾ ਵੇਖੋ ਆ ਸੰਗਰੂਰ ਦੀ ਲੋਕ ਸਭਾ ਤੋਂ ਤੁਹਾਨੂੰ ਪਤਾ ਲੱਗ ਜਾਣਾ ਲੋਕ ਵੱਡੇ ਮਾਰਜਨ ਨਾਲ ਫਤਵਾ ਦੇਣਗੇ ਦੇਖਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਐਮਪੀ ਸੀਟ ਦੇ ਦਾਵੇਦਾਰ ਨੇ ਕਮਲਦੀਪ ਕੌਰ ਉਹਨਾਂ ਨੇ ਅੱਜ ਇੱਕ ਵੀਡੀਓ ਜਾਰੀ ਕਰਕੇ ਜਿਹੜਾ ਹੈ ਸਾਰੀ ਪਾਰਟੀਆਂ ਤੋਂ ਕਿਹਾ ਹੈ ਕਿ ਮੈਨੂੰ ਸਾਰੇ ਜਣੇ ਸਮਰਥਨ ਦੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਉਹਨਾਂ ਨੇ ਕਿਹਾ ਕਿ ਉਹ ਸਮਰਥਨ ਦੇਣਾ ਚਾਹੀਦਾ ਵੇਖੋ ਸਤਕਾਰਯੋਗ ਆ ਭੈਣ ਕਮਲਦੀਪ ਕੌਰ ਮੈਂ ਉਹਨਾਂ ਤੇ ਕੋਈ ਟਿੱਕਾ ਟਿੱਪਣੀ ਨਹੀਂ ਕਰੂੰਗਾ ਮੈਂ ਗੱਲ ਕਰਦਾ ਸੁਖਬੀਰ ਸਿੰਘ ਬਾਦਲ ਦੀ ਜਿਨ੍ਹਾਂ ਨੇ ਰਾਜਨੀਤੀ ਚ ਭੈਣ ਜੀ ਉਹਨਾਂ ਨੂੰ ਵਰਤਿਆ ਸਖਬੀਰ ਸਿੰਘ ਬਾਦਲ ਹਣੀ ਕਹਿੰਦੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਾਉਣਗੇ ਭੈਣ ਕਮਲਦੀਪ ਕੌਰ ਜਾ ਕੇ ਉੱਥੇ ਸੰਸਦ 'ਚ ਬੋਲਣਗੇ ਬਤੌਰ ਐਮਪੀ ਜਦੋਂ ਬਣਦੇ ਆ ਵੇਖੋ ਆ ਥੋੜੀ ਦਿਨ ਰਹਿ ਗਿਆ ਲੋਕਾਂ ਫਤਵਾ ਦੇ ਹੀ ਦੇਣਾ ਲੋਕ ਤੇ ਮੂੰਹੋਂ ਮੂੰਹ ਕਹੀ ਜਾਂਦੇ ਆ ਵੀ ਅਸੀਂ 3.5 ਲੱਖ ਤੋਂ 4 ਲੱਖ ਦੇ ਵਿੱਚ ਜਿਤਾਵਾਂਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਗਰਮੇਲ ਸਿੰਘ ਘਰਾਚੋ ਨੂੰ ਅਸੀਂ ਇਹ ਮੈਂਬਰ ਪਾਰਲੀਮੈਂਟ ਅੱਜ ਤੋਂ ਹੀ ਮੰਨ ਲਿਆ ਬਣਾਤਾ ਲੋਕ ਇਹ ਕਹੀ ਜਾਂਦੇ ਆ ਆ ਥੋੜੇ ਦਿਨ ਰਹਿ ਗਿਆ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਆ ਬੀਬਾ ਹਰਤਿਮਰਤ ਕੌਰ ਬਾਦਲ ਪਾਰਲੀਮੈਂਟ ਮੈਂਬਰ ਆ ਵੇਖਾਂਗੇ ਇਹ ਇਲੈਕਸ਼ਨ ਤੋਂ ਬਾਅਦ ਜਦੋਂ ਉੱਥੇ ਚੱਲਦਾ ਸੈਸ਼ਨ ਚੱਲਦਾ ਸੰਸਦ ਦੇ ਵਿੱਚ ਬੈਂਦੇ ਆ ਸੁਖਬੀਰ ਬਾਦਲ ਹਰਤਿਮਰਤ ਬਾਦਲ ਇਹ ਕਿੰਨੀ ਕੁ ਉੱਥੇ ਪੰਦੀ ਸਿੰਘਾਂ ਦੀ ਗੱਲ ਕਰਦੇ ਤੇ ਕਿੰਨੀ ਕਰਾਈ ਕਰਾਉਂਦੇ ਆ ਇਹਦੇ ਇੱਕ ਕਹਿਣ ਦੇਣਾ ਮੈਂਬਰ ਪਾਰਲੀਮੈਂਟ ਹੋਵੇਗਾ ਤੇ ਇਹ ਰਾਈ ਰਹਣਗੇ ਇਹ ਦੋ ਨੇ ਇਹ ਦੋਵੇਂ ਜਣੇ ਕਰੋਨ ਰਲ ਕੇ ਫਿਰ ਤੇ ਸਗੋਂ ਜਲਦ ਹੋਣੀ ਚਾਹੀਦੀ ਰਹੀ ਇਹ ਸਿਰਫ ਇਹਨਾਂ ਆਪ ਦੀ ਛਾਗ ਬਚਾਉਣ ਲਈ ਅਕਾਲੀ ਦਲ ਨੇ ਇਹ ਨਾਟਕ ਖੇਡਿਆ ਕਿ ਇਹਨਾਂ ਨੂੰ ਪਤਾ ਸੀ ਕਿ ਸਾਡੀ ਜਮਾਨਤ ਵੀ ਜਬਤ ਹੋ ਜਣੀ ਆ ਇਹਨਾਂ ਉਮੀਦਵਾਰਾਂ ਦੇ ਆਪਦਿਆਂ ਦੇ ਬੂਹੇ ਖੜਕਾਏ ਕਿ ਆ ਲੋ ਮੈਂਬਰ ਪਾਰਲੀਮੈਂਟ ਦੀ ਟਿਕਟ ਲੈ ਲਓ ਲੜ ਲਓ ਕਿਸੇ ਨੇ ਮੂੰਹ ਨਹੀਂ ਕੀਤਾ ਕੋਈ ਚੋਣ ਲੜਨ ਵਾਲੇ ਪਾਸੇ ਨਹੀਂ ਆਇਆ ਤੇ ਇਹਨਾਂ ਨੇ ਬੀਬਾ ਕਮਲਦੀਪ ਕੌਰ ਨੂੰ ਉਹਨਾਂ ਨੂੰ ਲਿਆ ਕੇ ਤੇ ਇਥੋਂ ਉਮੀਦਵਾਰ ਬਣਾ ਕੇ ਖੜਾ ਕਰਤਾ ਤੇ ਇਹੋ ਭੈਣ ਕਮਲਦੀਪ ਕੌਰ 2014 ਚ ਪਟਿਆਲੇ ਇਲੈਕਸ਼ਨ ਚ ਖੜੀ ਸੀ ਬੀਬੀ ਕਮਲਦੀਪ ਕੌਰ ਤੇ ਸੁਖਬੀਰ ਸਿੰਘ ਬਾਦਲ ਨੇ ਉਦੋਂ ਦੀਪਿੰਦਰ ਢਿੱਲੋਂ ਮੁਕਾਬਲੇ ਦੇ ਖਿਲਾਰਤਾ ਸੀ ਉਸ ਦਿਨ ਹੀ ਇਹਨੂੰ ਚੇਤਾ ਬੰਦੀ ਸਿੰਘਾਂ ਦਾ ਤੇ ਬੰਦੀ ਸਿੰਘ ਇਹਨਾਂ ਅਕਾਲੀ ਦਲ ਤੇ ਇਹਨਾਂ ਕਾਂਗਰਸ ਤੇ ਬੀਜੇਪੀ ਵਾਲਿਆਂ ਹੀ ਬੰਦੀ ਸਿੰਘ ਬਣਾਏ ਆ ਇਹਨਾਂ ਨੇ ਹੀ ਅੰਦਰ ਕੀਤੇ ਆ ਜੇ ਚਾਹੁੰਦੇ ਉਦੋਂ ਹੀ ਬੰਦੀ ਸਿੰਘ ਰਿਹਾ ਹੋ ਸਕਦੇ ਸੀ ਇਹਨਾਂ ਦੀਆਂ ਹੀ ਸਰਕਾਰਾਂ ਰਹੀਆਂ ਇਹ ਖੁਦ ਮੰਤਰੀ ਮੁੱਖ ਮੰਤਰੀ ਇਹ ਪ੍ਰਧਾਨ ਮੰਤਰੀ ਤਾਂ ਕਿ ਇਹਨਾਂ ਦੀਆਂ ਪਹੁੰਚਾ ਰਹੀਆਂ ਇਹਨਾਂ ਦੀ ਜਿਹੜੀ ਭਾਈਵਾਲ ਪਾਰਟੀ ਬੀਜੇਪੀ ਅੱਜ ਇਹ ਕਹਿ ਰਹੇ ਬੀਜੇਪੀ ਮਾਰੀ ਆ ਤੇ ਜਦੋਂ ਤੱਕ ਇਹਨਾਂ ਦੀ ਜਿਹੜੀ ਗੰਡ ਸਾੰਢੀ ਇਹਨਾਂ ਦੇ ਨਾਲ ਗੱਠਜੋੜ ਹੀ ਗੱਠਜੋੜ ਤੇ ਅੱਜ ਵੀ ਅੱਜ ਸਿਰਫ ਲੋਕਾਂ ਨੂੰ ਗਮਰਾਹ ਕਰਨ ਲਈ ਇਹ ਕੁਝ ਕਰ ਰਹੇ ਆ ਸਾਰਾ ਕੁਝ ਇਹਨਾਂ ਦਾ ਇੱਕ ਆ ਇਹ ਜਿਹੜੀਆਂ ਪਾਰਟੀਆਂ ਰਲੀਆਂ ਅਕਾਲੀ ਦਲ ਭਾਜਪੀ ਕਾਂਗਰਸ ਜਾਂ ਆਪ ਮਾਨ ਦਲ ਦੀ ਵੀ ਗੱਲ ਕਰ ਲਈਏ ਇਹਨਾਂ ਸਾਰਿਆਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਗਰਮੀਲ ਸਿੰਘ ਘਰਾਚੋ ਵੱਡੀ ਲੀਡ ਨਾਲ ਜਿੱਤ ਰਿਹਾ ਇਹਨਾਂ ਨੂੰ ਵੀ ਪਤਾ ਵੀ ਲੋਕਾਂ ਫਤਵਾ ਦੇਤਾ ਇਹ ਸਿਰਫ ਇਹਨਾਂ ਉਮੀਦਵਾਰਾਂ ਦਾ ਰਵੈਤੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਅਤੇ ਪਾਰਟੀਆਂ ਇਹਨਾਂ ਦਾ ਇੱਕੋ ਏਜੰਡਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿਹੜੀ ਲੀਡ ਹੈ ਉਹਨੂੰ ਘੱਟ ਕਿਵੇਂ ਕੀਤਾ ਜਾਵੇ ਇਹ ਲੀਡ ਘੱਟ ਕਰ ਲਈ ਭੱਜੇ ਫਿਰਦੇ ਹੋਰ ਕੋਈ ਏਜੰਡਾ ਨਹੀਂ ਇਹਨਾਂ ਦਾ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਰੀ ਸ਼ਰਮਾ ਕਹਿੰਦੇ ਨੇ ਕਿ ਬੰਦੇ ਸਿੰਘਾਂ ਦੀ ਰਿਹਾਈ ਦੀ ਜਿਹੜੀ ਫਾਈਲ ਹੈ ਉਹ ਕੇਜਰੀਵਾਲ ਜੀ ਰੋਕ ਕੇ ਬੈਠੇ ਨੇ ਕਿੰਨੀ ਸੱਚਾਈ ਹੈ ਵੇਖੋ ਬੀਜੇਪੀ ਉਹ ਪਾਰਟੀ ਆ ਜਿਨ੍ਹਾਂ ਨੇ ਪੂਰੇ ਭਾਰਤ ਦੇ ਵਿੱਚ ਛੋਟੀਆਂ-ਛੋਟੀਆਂ ਪਾਰਟੀਆਂ ਜਿਹੜੀਆਂ ਨਿਗਲੀਆਂ ਤੇ ਮੁੜ ਕੇ ਆਪਦੀ ਭਾਈਵਾਲ ਪਾਰਟੀ ਆ ਕਾਲੀਦਲ ਉਹਨੂੰ ਵੀ ਨਿਕ ਇਹ ਹੋਣ ਇਹਨਾਂ ਨੂੰ ਇੱਕੋ ਖਤਰਾ ਹੈ ਇੱਕੋ ਪਾਰਟੀ ਤੋਂ ਆਮ ਆਦਮੀ ਪਾਰਟੀ ਤੋਂ ਖਤਰਾ ਜਿਹੜੀ ਕੀ ਲੋਕ ਵੀ ਕਹਿ ਰਹੇ ਆ ਤੇ ਆਪਾਂ ਨੂੰ ਪਤਾ ਵੀ ਲੱਗਦਾ ਪਿਆ ਤੁਸੀਂ ਆਏ ਜੇ بطور ਪੱਤਰਕਾਰ ਲੋਕਾਂ ਦੇ ਪ੍ਰੈਸ ਮੀਡੀਆ ਲੋਕਾਂ ਵਿੱਚ ਵਿਚਰਦੇ ਤੁਹਾਨੂੰ ਵੀ ਪਤਾ ਲੱਗਦਾ ਹੀ ਆ ਆਮ ਆਦਮੀ ਪਾਰਟੀ 2024 ਦੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਨਿਤਰ ਰਹੀ ਆ ਅਰਵਿੰਦ ਕੇਜਰੀਵਾਲ ਜੀ ਸਾਡੇ ਮਹਿਬੂਬ ਨੇਤਾ ਉਹ ਸਾਰੇ ਭਾਰਤ ਦੇ ਲੋਕਾਂ ਦੇ ਮਹਿਬੂਬ ਨੇਤਾ ਬਣ ਰਿਹਾ 2024 ਚ ਲੋਕ ਅਰਵਿੰਦ ਕੇਜਰੀਵਾਲ ਜੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਵੇਖ ਚੁੱਕੇ ਆ ਵੇਖ ਹੁੰਦਾ ਨਾ ਵੇਖ ਰਹੇ ਆ ਵੇਖ ਚੁੱਕੇ ਆ ਕਿ ਬਣ ਗਏ ਆ ਤੇ ਉਹ ਜਿਹੜੀ ਬੀਜੇਪੀ ਉਹ ਬਖਲਾ ਚੁੱਕੀ ਆ ਜਦੋਂ ਵੀ ਕੋਈ ਕੰਮ ਹੁੰਦਾ ਉਹ ਨਾਂ ਲਾ ਦਿੰਦੇ ਆ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਉਹਨਾਂ ਕੋਲ ਹੋਰ ਕੋਈ ਗੱਲ ਨਹੀਂ ਤੇ ਨਾਂ ਕਿਹਦਾ ਲਿਆ ਜਾਂਦਾ ਕਿਹਦੀ ਵਿਰੋਧਤਾ ਕੀਤੀ ਜਾਂਦੀ ਆ ਜਿਹਦੇ ਕੋਲ ਲੋਕ ਡਰਦੇ ਆ ਜਾਂ ਜਿਹਨੂੰ ਲੋਕ ਹਰਮਨ ਪਿਆਰਾ ਸਮਝਦੇ ਆ ਲੋਕ ਆਮ ਆਦਮੀ ਪਾਰਟੀ ਨੂੰ ਹਰਮਨ ਪਿਆਰਾ ਸਮਝਦੇ ਤੇ ਜਿਹੜੇ ਬੀਜੇਪੀ ਦੇ ਲੋਕ ਉਹ ਡਰ ਰਹੇ ਆ ਬੀਜੇਪੀ ਦੇ ਜਿਹੜੇ ਆਗੂ ਉਹ ਡਰ ਰਹੇ ਆ ਵੇਖੋ ਇੱਕ ਤੇ ਲੋਕਾਂ ਨੂੰ ਗਮਰਾਹ ਕਰਦੇ ਆ ਦਿੱਲੀ ਦੇ ਵਿੱਚ ਦੋ ਸਰਕਾਰਾਂ ਚੱਲਦੀਆਂ ਇੱਕ ਸੂਬਾ ਸਰਕਾਰ ਇੱਕ ਕੇਂਦਰ ਸਰਕਾਰ ਸੂਬਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਦੀ ਤੇ ਜਿਹੜੀ ਸੈਂਟਰ ਸਰਕਾਰ ਕੇਂਦਰ ਸਰਕਾਰ ਆ ਉਹ ਭਾਜਪਾ ਦੀ ਅਮਿਤ ਸ਼ਾਹ ਦੀ ਤੇ ਨਰਿੰਦਰ ਮੋਦੀ ਦੀ ਵੇਖੋ ਜਿਹੜਾ ਲਾਅ ਐਂਡ ਆਰਡਰ ਆ ਉਹ ਹੈਗਾ ਕੇਂਦਰ ਸਰਕਾਰ ਦੇ ਦੀਨ ਜੇ ਕੁਝ ਵੀ ਕਰਨਾ ਲਾਅ ਐਂਡ ਆਰਡਰ ਦਾ ਉਹ ਕਰਨਾ ਭਾਜਪਾ ਸਰਕਾਰ ਨੇ ਨਾ ਕਿ ਸੂਬਾ ਸਰਕਾਰ ਨੇ ਇਹ ਜੋ ਕੁਝ ਕਰਦੀ ਆ ਭਾਜਪਾ ਸਰਕਾਰ ਗਲਤ ਤੇ ਸਿਰਫ ਇਹਨਾਂ ਨੂੰ ਇੱਕੋ ਪਾਰਟੀ ਦੇਖਦੀ ਆ ਜਿਹੜੀ ਪਾਰਟੀ ਆਉਣ ਵਾਲੇ ਸਮੇਂ ਭਾਰਤ ਦੀ ਵੱਡੀ ਪਾਰਟੀ ਬਣ ਜਾ ਰਹੀ ਆ ਉਹ ਤਾਂ ਇਹ ਆਮ ਆਦਮੀ ਪਾਰਟੀ ਇਹਨਾਂ ਨੂੰ ਰਾਤ ਨੂੰ ਸੁੱਤੇ ਪਿਆ ਨੂੰ ਭਾਜਪਾ ਕਾਲੀਦਾਲ ਕਾਂਗਰਸ ਵਾਲਿਆਂ ਨੂੰ ਰਾਤ ਨੂੰ ਸੁੱਤੇ ਪਿਆ ਨੂੰ ਵੀ ਅਰਵਿੰਦ ਕੇਜਰੀਵਾਲ ਸੁਪਣਿਆਂ ਵਿੱਚ ਇਸ ਦਾ ਤੇ ਭਗਵੰਤ ਮਾਨ ਦੇਖਦਾ ਇਹਨਾਂ ਨੂੰ ਸੁਪਣਿਆਂ ਦੇ ਵਿੱਚ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੇਜਰੀਵਾਲ ਕੇਜਰੀਵਾਲ ਰਾਤ ਨੂੰ ਬੜਾਉਂਦੇ ਉੱਠਦੇ ਆ ਜੀ ਅਖੀਰੇ ਸਵਾਲ ਲਵਾਂਗੀ ਕਿ ਕਿੰਨੀ ਕ ਵੱਡੀ ਜਿੱਤ ਤੁਸੀਂ ਮੰਨਦੇ ਹੋ ਕਿ ਇੱਥੇ ਗੁਰਮੀਲ ਸਿੰਘ ਦੀ ਹੋਏਗੀ ਕਿਉਂਕਿ ਵੱਡੇ ਦਾਅਵੇਦਾਰੀ ਤੁਸੀਂ ਕਰ ਰਹੇ ਹੋ ਕਿ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੇ ਉਹੀ ਜਿੱਤਣਗੇ ਗੁਰਮੀਲ ਸਿੰਘ ਇੱਥੋਂ ਕਿੰਨੀ ਕ ਲੀਡ ਤੁਹਾਨੂੰ ਲੱਗਦਾ ਹੋ ਜੇਗੀ ਵੇਖੋ 9 ਵਿਧਾਨ ਸਭਾ ਹਲਕੇ ਆ ਇੱਥੇ ਸੰਗਰੂਰ ਲੋਕ ਸਭਾ ਦੇ ਵਿੱਚ 9 ਵਿਧਾਨ ਸਭਾ ਹਲਕੇ ਆ ਇੱਕ ਦਿਨ ਅਸੀਂ ਟੋਟ ਲਾਇਆ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੇ ਸਾਡੇ ਐਮਐਲਏ ਸਹਬਾਨ ਜਿੱਤੇ ਆ ਸਾਡੇ 3 ਲੱਖ ਦੀ ਲੀਡ ਤੇ ਜਿੱਤੇ ਆ ਅੱਜ ਤੋਂ 3 ਮਹੀਨੇ ਪਹਿਲਾਂ ਤੇ ਲੋਕ ਆਪ ਖੁਦ ਕਹਿ ਰਹੇ ਆ ਕਹ ਰਿਹਾ ਕਿ 3.5 ਲੱਖ ਤੇ ਪੱਕੀ ਪੱਕੀ ਅਸੀਂ 3.5 ਤੋਂ 4 ਵਾਲੇ ਪਾਸੇ ਲੈ ਕੇ ਜਾਵਾਂਗੇ ਵੱਡੀ ਲੀਡ ਨਾਲ ਜਿੱਤ ਕੇ ਗਰਮੇਲ ਸਿੰਘ ਸੰਸਦ ਦੇ ਵਿੱਚ ਜਾਵੇਗਾ ਸੰਘਰੂਰ ਦੇ ਪੰਜਾਬ ਦੇ ਮੁੱਦੇ ਜਿੰਨੇ ਵੀ ਮੁੱਦੇ ਆ ਕਿਸਾਨੀ ਨਾਲ ਰਿਲੇਟਡ ਜਾਂ ਕੋਈ ਵੀ ਮੁੱਦਾ ਹਰੇਕ ਮੁੱਦੇ ਨੂੰ ਹੱਲ ਕਰਾ ਕੇ ਲਿਆਉਣਗੇ ਜਿਵੇਂ ਪੰਜਾਬ ਦਾ ਪੁੱਤ ਭਗਵੰਤ ਮਾਨ ਜਿਹਨੂੰ ਲੋਕਾਂ ਨੇ ਫਤਵਾ ਦੇ ਕੇ ਹੁਣ ਮੁੱਖ ਮੰਤਰੀ ਬਣਾਇਆ ਪਹਿਲਾਂ ਸੰਘਰੂਰ ਤੋਂ ਐਮਪੀ ਦੋ ਵਾਰਾਂ ਬਣ ਕੇ ਲੋਕਾਂ ਦੇ ਮੁੱਦੇ ਚੁੱਕਦੇ ਰਹੇ ਜੇ ਕੋਈ ਮੋਦੀ ਦੇ ਅੱਗੇ ਬੋਲਦਾ ਰਿਹਾ ੜਦਾ ਰਿਹਾ ਉਹ ਸਰਦਾਰ ਭਗਵੰਤ ਸਿੰਘ ਮਾਨ ੜਦਾ ਰਿਹਾ ਬੋਲਦਾ ਰਿਹਾ ਤੇ ਮੁੱਦੇ ਵੀ ਹੱਲ ਹੁੰਦੇ ਰਹੇ ਜੇ ਕੋਈ ਨਰਿੰਦਰ ਮੋਦੀ ਜਾਂ ਬੀਜੇਪੀ ਦਾ ਅਮੀਸ਼ਾਹ ਡਰਦਾ ਸੀ ਕਿਸੇ ਤੋਂ ਉਹ ਡਰਦਾ ਸੀ ਭਗਵੰਤ ਮਾਨ ਤੋਂ ਜਦੋਂ ਭਗਵੰਤ ਮਾਨ ਸੱਚ ਬੋਲਦਾ ਸੀ ਸਚਾਈ ਉਗਲਦੇ ਹੀ ਜਦੋਂ ਮਾਨ ਸਾਹਿਬ ਤੇ ਇਹ ਲੋਕ ਅੱਗੇ ਲਾ ਕੇ ਭੱਜ ਉੱਠਦੇ ਸੀ ਆਪਾਂ ਵੇਖਦੇ ਰਹੇ ਆ ਜਦੋਂ ਕਿਸਾਨੀ ਮੁੱਦਾ ਚੱਲਦਾ ਮਾਨ ਸਾਹਿਬ ਬੋਲਦੇ ਰਹੇ ਤੇ ਮੋਦੀ ਜੀ ਭੱਜ ਜਾਂਦੇ ਨੇ ਸੰਸਦ ਦੇ ਵਿੱਚੋਂ ਭੱਜ ਜਾਂਦੇ ਚੱਲਦੇ ਚਾਚਾ ਨੂੰ ਛੱਡ ਦਿੰਦੇ ਇਹਨਾਂ ਨਾਲ ਸਾਡਾ ਨਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁਲਰ ਜਿਨ੍ਹਾਂ ਨੇ ਦਾਅਵੇਦਾਰੀ ਦਿੱਤੀ ਹੈ ਕਿ ਇਥੋਂ ਦੀ ਗੁਰਮੇਲ ਸਿੰਘ ਨੇ ਜਿਹੜੇ ਵੱਡੀ ਲੀਡ ਨਾਲ ਜਿੱਤਣਗੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਵਿਰੋਧੀ ਪਾਰਟੀਆਂ ਨੇ ਇਸ ਕਰਕੇ ਬੋਖਲਾਹੜ ਜਿਨੇ ਕਿਉਂਕਿ ਭਗਵੰਤ ਮਾਨ ਨੇ ਆਪ ਦੇ ਟਾਈਮ ਦੇ ਵਿੱਚ ਸੰਗਰੂਰ ਤੋਂ ਬਹੁਤ ਚੰਗਾ ਕੰਮ ਕੀਤਾ ਤੇ ਹੁਣ ਉਹੀ ਕੰਮ ਹੈ ਜਿਹੜਾ ਅਗੇ ਗੁਰਮੇਲ ਸਿੰਘ ਕਰਕੇ ਦਿਖਾਏਗਾ ਤੇ ਰਾਤੀ ਸੁਪਨੇ ਦੇ ਵਿੱਚ ਉਹਨਾਂ ਨੂੰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵਿਖਣੇ ਸ਼ੁਰੂ ਹੋ ਗਏ ਨੇ ਇਸ ਕਰਕੇ ਉਹ ਹੁਣ ਭੱਜੇ ਫਿਰਦੇ ਨੇ ਕਿ ਸੰਗਰੂਰ ਸੀਟ ਹੈ ਜਿਹੜੀ ਉਹਨਾਂ ਦੀ ਝੋਲੀ ਪੈ ਜਾਵੇ ਪਰ ਅਜੇ ਹਾਲ ਨਹੀਂ ਹੋਏਗਾ ਹੁਣ ਭਵਿੱਖ ਦੇ ਗਰਦੇ ਵਿੱਚ ਕੀ ਹੈਗਾ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਹੀ ਜਾਏ ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ देश विदेश बैठे सू वट्सएपे भी कॉल कर सकते ने घर बैठे 11 मिनट च 101 फीसदी गारंटी फीसदी समाधान वशीकरणी सब तो पहला काम करन दा वादा नौकरी, प्रमोशन कारोबारी घर ओलाद कहने कोर्ट के तलाक प्रॉपर्ट डिस्प्यूट गुप्त रोग पुराना दर्द पति पत्नी जानबन जद उठा मनमोड़ी वशीकरण करवाना या दुड़वा दुश्मन तो छुटकारा सदाई गुस्से में मना प्यार मुहबत बाबा ਯਾਮੀਨ ਬੰਗਾਲੀ 9643503221